ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਦੌਲਤਪੁਰ ਨੂੰ ਬਬਰਾਂ ਦੇ ਪਿੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਪਿੰਡ ਦੌਲਤਪੁਰ ਨੇ ਵਤਨ ਦੀ ਇੱਜ਼ਤ ਤੇ ਆਬਰੂ ਲਈ ਮਰ ਮਿਟਣ ਵਾਲੇ 55 ਯੋਧੇ ਪੈਦਾ ਕੀਤੇ ਹਨ। ਨੇਤਾ ਜੀ ਸੁਭਾਸ਼ ਚੰਦਰ ਬੋਸ ਨਾਲ ਆਜ਼ਾਦ ਹਿੰਦ ਫੌਜ ਵਿੱਚ ਰਹਿ ਕੇ ਮੌਤ ਨੂੰ ਮਖੌਲਾ ਕਰਨ ਵਾਲਾ ਅਤੇ ਜ਼ਿੰਦਾ ਸ਼ਹੀਦ ਕਰਾਰ ਦਿੱਤਾ ਗਿਆ ਕਮਾਂਡੈਂਟ ਬਚਨ ਸਿੰਘ ਥਾਂਦੀ ਵੀ ਇਸੇ ਧਰਤੀ ਦਾ ਸਪੂਤ ਸੀ। ਬੱਬਰਾਂ ਦੀ ਮੋਰਲੀ ਕਤਾਰ ਵਿੱਚ ਆਪਣਾ ਨਾਂ ਪੈਦਾ ਕਰਨ ਵਾਲਾ ਸ਼ਹੀਦ ਬੱਬਰ ਕਰਮ ਸਿੰਘ ਦੌਲਤਪੁਰੀ ਵੀ ਇੱਥੋਂ ਦੀ ਜ਼ਰਖੇਜ਼ ਮਿੱਟੀ ਨੇ ਪੈਦਾ ਕੀਤਾ। ਜਿਨ੍ਹਾਂ ਮਹਾਨ ਯੋਧਿਆਂ ਦੀ ਸ਼ਹਾਦਤ ਦੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ। ਉਹਨਾਂ ਦੇ ਮਹਾਨ ਕਾਰਜਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਬੱਬਰ ਕਰਮ ਸਿੰਘ ਯਾਦਗਾਰੀ ਟਰੱਸਟ ਦੌਲਤਪੁਰ ਵੱਲੋਂ ਬਬੇਲੀ ਸਾਕੇ ਦੇ ਸ਼ਹੀਦਾਂ ਬੱਬਰ ਕਿਸ਼ਨ ਸਿੰਘ ਮਾਂਗਟ, ਬੱਬਰ ਮੋਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਵਾਲੇ ਅਤੇ ਬੱਬਰ ਉਦੇ ਸਿੰਘ ਰਾਮਗੜ੍ਹ ਚੁੰਗੀਆ ਦੀ ਯਾਦ ਵਿੱਚ 91ਵਾਂ ਸ਼ਹੀਦੀ ਸਮਾਗਮ ਕਰਵਾਇਆ ਗਿਆ। ਕਮਾਂਡੈਂਟ ਬਚਨ ਸਿੰਘ ਥਾਂਦੀ ਦੀ ਉਸਾਰੂ ਸੋਚ ਅਤੇ ਬੱਬਰਾਂ ਦੇ ਸੰਘਰਸ਼ ਨੂੰ ਪਿੰਡ ਦੇ ਹੰਡਾਇਆ ਹੋਣ ਸਦਕਾ ਸਥਾਪਿਤ ਕੀਤੇ ਟਰੱਸਟ ਵੱਲੋਂ ਸ਼ਹੀਦ ਬੱਬਰਾਂ ਦੀ ਯਾਦ ਵਿੱਚ ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਹਰ ਕਮਰੇ ਦਾ ਨਾਂ ਕਿਸੇ ਨਾ ਕਿਸੇ ਸ਼ਹੀਦ ਬੱਬਰ ਦੇ ਨਾਂ ਤੇ ਰੱਖਿਆ ਗਿਆ ਹੈ। 700 ਵਿਦਿਆਰਥੀਆਂ ਦੀ ਗਿਣਤੀ ਪਾਰ ਕਰ ਚੁੱਕੇ ਇਸ ਸਕੂਲ ਦੇ ਕਿਸੇ ਵੀ ਵਿਦਿਆਰਥੀ ਤੋਂ ਬੱਬਰਾਂ ਦੇ ਜੀਵਨ ਦੀ ਸੰਖੇਪ ਜਾਣਕਾਰੀ ਜ਼ੁਬਾਨੀ ਲਈ ਜਾ ਸਕਦੀ ਹੈ, ਜਿਸ ਲਈ ਟਰੱਸਟ ਮੈਂਬਰਾਂ ਦੇ ਨਾਲ ਨਾਲ ਪ੍ਰਿੰਸੀਪਲ ਰਾਜੀਵ ਜਸਵਾਲ ਅਤੇ 30 ਦੇ ਲਗਭਗ ਮਿਹਨਤੀ ਅਧਿਆਪਕ ਵਧਾਈ ਦੇ ਪਾਤਰ ਹਨ, ਜੋ ਆਪਣੇ ਵਿਰਸੇ ਨਾਲ ਜੁੜਨ ਲਈ ਇਹਨਾਂ ਵਿਦਿਆਰਥੀਆਂ ਨੂੰ ਪੂਰਾ ਸਾਲ ਹੱਡ ਪੰਜਵੀਂ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ। ਟਰੱਸਟ ਵੱਲੋਂ ਬੱਬਰਾਂ ਨੂੰ ਸਮਰਪਿਤ ਸਕੂਲ ਵਿੱਚ ਪਹੁੰਚਣ ਵਾਲਾ ਹਰ ਸ਼ਖਸ ਪਹਿਲਾਂ ਬੱਬਰ ਕਰਮ ਸਿੰਘ ਦੇ ਬੁੱਤ ਅੱਗੇ ਨਤਮਸਤਕ ਹੁੰਦਾ ਹੈ ਅਤੇ ਫਿਰ ਮਿਨਾਰੇ ਸ਼ਹੀਦ ਅੱਗੇ ਸ਼ਰਧਾ ਸੁਮਨ ਪੇਂਟ ਕਰਕੇ ਬੱਬਰਾਂ ਦੀਆਂ ਲਾਸਾਨੀ ਕੁਰਬਾਨੀਆਂ ਅੱਗੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦਾ ਹੈ। ਇੱਥੇ ਹੀ ਬੱਬਰਾਂ ਦੀ ਭਗਤੀ ਅਤੇ ਸ਼ਕਤੀ ਦਾ ਕੇਂਦਰ ਪੋਰਾ ਸਾਹਿਬ ਸਥਿਤ ਹੈ, ਜਿੱਥੋਂ ਬੱਬਰਾਂ ਵੱਲੋਂ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਉਡਾਰੂ ਪ੍ਰੈਸ ਰਾਹੀਂ ਬੱਬਰ ਅਕਾਲੀ ਦੁਆਬਾ ਅਖ਼ਬਾਰ ਕੱਢਿਆ ਜਾਂਦਾ ਸੀ ਅਤੇ ਅਸਲਾ ਬਣਾਉਣ ਦਾ ਗੁਪਤ ਕਾਰਖਾਨਾ ਸਥਾਪਿਤ ਕੀਤਾ ਗਿਆ ਸੀ। ਅੱਜ ਇੱਥੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਰਿਆਦਾ ਅਨੁਸਾਰ ਰੋਜ਼ਾਨਾ ਪ੍ਰਕਾਸ਼ ਕੀਤਾ ਜਾਂਦਾ ਹੈ। ਜਿਸ ਖੂਹ ਤੋਂ ਬੱਬਰ ਪਾਣੀ ਦੀ ਵਰਤੋਂ ਕਰਦੇ ਸਨ, ਟਰੱਸਟ ਨੇ ਉਸ ਨੂੰ ਵੀ ਸਾਂਭਿਆ ਹੋਇਆ ਹੈ। ਸਮਾਗਮ ਦੇ ਪਹਿਲੇ ਦਿਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਖੰਡ ਪਾਠਾਂ ਦੀ ਆਰੰਭਤਾ ਪੂਰਨ ਗੁਰੂ ਮਰਿਆਦਾ ਅਨੁਸਾਰ ਕੀਤੀ ਗਈ, ਜਿਸ ਉਪਰੰਤ ਫੁੱਲਾਂ ਨਾਲ ਸਜਾਈ ਗੱਡੀ ਵਿੱਚ ਸੁਸ਼ੋਭਿਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 5 ਪਿਆਰਿਆਂ ਅਤੇ 5 ਨਿਸ਼ਾਨਚੀਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਈ। ਬੈਂਡ ਵਾਜਿਆਂ ਦੀਆਂ ਮਧੁਰ ਧੁਨਾਂ ਅਤੇ ਇਲਾਹੀ ਬਾਣੀ ਦੇ ਮਾਹੌਲ ਵਿੱਚ ਰੰਗੇ ਇਸ ਨਗਰ ਕੀਰਤਨ ਦਾ ਲੰਮਾ ਕਾਫਲਾ ਪਿੰਡ ਦੌਲਤਪੁਰ ਦੇ ਬੱਬਰ ਅਕਾਲੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਤੋਂ ਚੱਲ ਕੇ ਪਿੰਡ ਦੇ ਵੱਖ ਵੱਖ ਮੁਹੱਲਿਆਂ ਚੋਂ ਲੰਘਦਾ ਅਤੇ ਪੂਰੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਵਾਪਸ ਸ਼ਹੀਦੀ ਯਾਦਗਾਰ ਤੇ ਪਹੁੰਚ ਕੇ ਸਮਾਪਤ ਹੋਇਆ। ਰਸਤੇ ਵਿੱਚ ਸ਼ਰਧਾਲੂਆਂ ਨੇ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਿਆ ਅਤੇ ਉਸ ਅਕਾਲ ਪੁਰਖ ਅੱਗੇ ਸਰਬੱਤ ਦਾ ਭਲਾ ਮੰਗਿਆ। ਗੁਰਦੁਆਰਾ ਰਵਿਦਾਸ ਜੀ ਮਹਾਰਾਜ ਵਿਖੇ ਪਹਿਲਾ ਪੜਾਅ ਹੋਇਆ, ਜਿੱਥੇ ਸਮੁੱਚੀ ਸੰਗਤ ਨੇ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਵਿਖੇ ਢਾਡੀ ਕਸ਼ਮੀਰ ਸਿੰਘ ਕਾਦਰ ਦੇ ਜਥੇ ਵੱਲੋਂ ਬੀਰ ਅਸੀਂ 12 ਰਾਹੀਂ ਬੱਬਰਾਂ ਦੇ ਸ਼ਾਨਾਮਤੀ ਇਤਿਹਾਸ ਨੂੰ ਪੇਸ਼ ਕੀਤਾ ਗਿਆ। ਸੰਗਤ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਕੇਲਿਆਂ ਦਾ ਪ੍ਰਸ਼ਾਦ ਵੰਡਿਆ ਗਿਆ, ਉੱਥੇ 5 ਪਿਆਰਿਆਂ ਅਤੇ 5 ਨਿਸ਼ਾਨਚੀਆਂ ਨੂੰ ਸਿਰੋਪਾਓਂ ਪੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਤਰਸੇਮ ਸਿੰਘ ਅਤੇ ਕਮੇਟੀ ਵੱਲੋਂ ਸ਼੍ਰੀ ਗਿਆਨ ਚੰਦ ਜੀ ਨੇ ਸਮੂਹ ਟਰੱਸਟੀਆਂ ਦਾ ਨਗਰ ਕੀਰਤਨ ਸਜਾਉਣ ਲਈ ਧੰਨਵਾਦ ਕੀਤਾ। ਨਗਰ ਕੀਰਤਨ ਦੇ ਚਲਦਿਆਂ ਜਿੱਥੇ ਸੇਵਾਦਾਰਾਂ ਵੱਲੋਂ ਪਾਣੀ ਅਤੇ ਰਸਤੇ ਦੀ ਸਫਾਈ ਦੀ ਸੇਵਾ ਕੀਤੀ ਗਈ, ਉੱਥੇ ਗੱਤਕਾ ਪਾਰਟੀ ਦੇ ਨੌਜਵਾਨਾਂ ਵੱਲੋਂ ਵੀ ਗੱਤਕਾ ਕਲਾ ਦਾ ਖੁੱਲ੍ਹ ਕੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਸੰਗਤਾਂ ਨੇ ਬਹੁਤ ਆਨੰਦ ਮਾਣਿਆ। ਗੁਰਦੁਆਰਾ ਪਾਤਸ਼ਾਹੀ 6ਵੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਪਹੁੰਚਣ ਤੇ ਢਾਡੀ ਜਥੇ ਵੱਲੋਂ ਬੱਬਰਾਂ ਦੇ ਇਤਿਹਾਸ ਸੰਬੰਧੀ 12 ਪੇਸ਼ ਕੀਤੀਆਂ ਗਈਆਂ, ਜਿਸ ਨੂੰ ਰਾਕੇ ਪਰ ਤੋਂ ਪਹੁੰਚੀ ਸੰਗਤ ਨੇ ਸਰਵਣ ਕੀਤਾ। ਸਮਾਗਮ ਦੇ ਦੂਸਰੇ ਦਿਨ ਸਿੱਖੀ ਨੂੰ ਨਵੀਂ ਪੀੜ੍ਹੀ ਵਿੱਚ ਪਰਿਪੱਕ ਕਰਨ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਲਈ ਬੱਬਰਾਂ ਦੀਆਂ ਸ਼ਹਾਦਤਾਂ ਸੰਬੰਧੀ ਵੱਖ ਵੱਖ ਵਿਦਿਅਕ ਅਦਾਰਿਆਂ ਨੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਵਿੱਚ ਲੜਕੀਆਂ ਨੇ ਵੀ ਭਾਗ ਲਿਆ। ਇਸੇ ਤਰ੍ਹਾਂ ਭਾਸ਼ਣ ਪ੍ਰਤੀਯੋਗਿਤਾ ਵਿੱਚ ਵੀ ਵਿਦਿਆਰਥੀਆਂ ਨੇ ਵਿਸ਼ੇਸ਼ ਰੁਚੀ ਦਿਖਾਈ। ਸ਼ਬਦ ਕੀਰਤਨ ਦੇ ਮੁਕਾਬਲੇ ਵੀ
ਜਾਰੀ ਕਰਵਾਏ ਗਏ ਜਿਸ ਵਿਚ ਸ਼ਹੀਦ ਬੱਬਰ ਕਰਮ ਸਿੰਘ ਮੈਮੋਰੀਅਲ ਸੈਕੰਡਰੀ ਸਕੂਲ ਦੌਲਤਪੁਰ ਦੇ ਪ੍ਰਤਿਯੋਗੀਆਂ ਦੇ ਨਾਲ ਨਾਲ ਇਲਾਕੇ ਦੇ ਹੋਰ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ। ਨਿਕਲ ਜਾਣ ਚਾਹੇ ਪ੍ਰਾਣ ਲੁੱਟਦਾ ਗੋਰੀ ਚਮੜੀ ਵਾਲਾ ਸ਼ੈਤਾਨ ਉਹਦੇ ਸੱਟ ਕਾਲ ਜੇ ਬਚ ਗਈ ਉਹਦੇ ਸੱਟ ਕਾਲ ਜੇ ਬਚ ਗਈ ਲਗਾ ਖੂਰਿਆਂ ਵਾਲੇ ਕਾਣ ਸੂਰਮਿਆਂ ਕੂਰਿਆਂ ਵਾਲੇ ਕਾਣ ਪ੍ਰਤੀਯੋਗੀਆਂ ਨੂੰ ਸਹੀ ਇਨਸਾਫ ਦਵਾਉਣ ਲਈ ਜੱਜ ਸਾਹਿਬਾਨ ਦੀ ਅਹਿਮ ਭੂਮਿਕਾ ਸਰਦਾਰ ਹਰਦੀਪ ਸਿੰਘ ਦੁਪਾਲਪੁਰੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਗਿਆਨੀ ਗੁਰਮਨਦੀਪ ਸਿੰਘ ਵੱਲੋਂ ਨਿਭਾਈ ਗਈ। ਇਸ ਸਮੇਂ ਮੰਚ ਸੰਚਾਲਨ ਉਪ ਪ੍ਰਿੰਸੀਪਲ ਸਰਦਾਰ ਸੁਖਵੀਰ ਸਿੰਘ ਜੀ ਵੱਲੋਂ ਕੀਤਾ ਗਿਆ। ਬੱਚਿਆਂ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜੋ ਕਿ ਬਹੁਤ ਹੀ ਰੌਚਕ ਨਜ਼ਰ ਆਏ। ਜੇਤੂ ਬੱਚਿਆਂ ਨੂੰ ਪ੍ਰਬੰਧਕਾਂ ਵੱਲੋਂ ਢੁਕਵਾਂ ਮਾਨ ਸਨਮਾਨ ਅਤੇ ਜੱਜ ਸਾਹਿਬਾਨਾਂ ਵੱਲੋਂ ਜ਼ਿੰਦਗੀ ਲਈ ਸਹੀ ਮਾਰਗ ਦਰਸ਼ਨ ਪ੍ਰਦਾਨ ਕੀਤਾ ਗਿਆ, ਜਿਸ ਲਈ ਹਰਦੀਪ ਸਿੰਘ ਅਟਵਾਲ ਅਤੇ ਹਰਦੀਪ ਸਿੰਘ ਦੁਪਾਲਪੁਰੀ ਸਮੇਤ ਗੁਰਪ੍ਰੀਤ ਸਿੰਘ ਵਧਾਈ ਦੇ ਪਾਤਰ ਹਨ। ਬੱਚਿਆਂ ਵਿੱਚ ਗਿਆਨ ਪ੍ਰਤੀ ਜਿਗਿਆਸਾ ਪੈਦਾ ਕਰਨ ਲਈ ਬੁੱਧੀ ਪਰਖ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਤੋਂ ਮੈਡਮ ਅਮਨਦੀਪ ਕੌਰ ਵੱਲੋਂ ਸਵਾਲ ਪੁੱਛੇ ਗਏ ਅਤੇ ਅੰਕ ਪ੍ਰਾਪਤ ਕਰਨ ਦਾ ਲੇਖਾ ਜੋਖਾ ਮੈਡਮ ਪ੍ਰਵੇਸ਼ ਰਾਣੀ ਅਤੇ ਹਰਦੀਪ ਕੌਰ ਵੱਲੋਂ ਰੱਖਿਆ ਗਿਆ। ਗੋਰਿਆਂ ਦੀ ਜ਼ੁਲਮਾਂ ਦੀ ਦਾਸਤਾਂ ਅਤੇ ਬੱਬਰਾਂ ਵੱਲੋਂ ਮੌਤ ਨੂੰ ਮਖੌਲਾਂ ਕਰਨ ਦੇ ਦ੍ਰਿਸ਼ ਨੂੰ ਬਾਲ ਕਲਾਕਾਰਾਂ ਵੱਲੋਂ ਬਿਹਤਰੀਨ ਤਰੀਕੇ ਨਾਲ ਪੇਸ਼ ਕੀਤਾ ਗਿਆ। ਗੱਤਕਾ ਗਰੁੱਪ ਵੱਲੋਂ ਆਤਮ ਰੱਖਿਆ ਲਈ ਕੀਤੇ ਜਾਂਦੇ ਉਪਾਵਾਂ ਸੰਬੰਧੀ ਖੁੱਲ ਕੇ ਪ੍ਰਦਰਸ਼ਨ ਕੀਤਾ ਗਿਆ। ਭਰੂਣ ਹੱਤਿਆ ਖਿਲਾਫ ਪੇਸ਼ ਕੋਰੀਓਗ੍ਰਾਫੀ ਹਰ ਇੱਕ ਦੇ ਦਿਲ ਨੂੰ ਟੁੰਬਣ ਵਿੱਚ ਕਾਮਯਾਬ ਰਹੀ। ਜੇਤੂ ਅਤੇ ਉਪ ਜੇਤੂ ਬੱਚਿਆਂ, ਜੱਜ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣਾਂ ਦਾ ਪ੍ਰਬੰਧਕਾਂ ਵੱਲੋਂ ਇਨਾਮ, ਯਾਦ ਚਿੰਨ ਅਤੇ ਸਰੋਪਾਓ ਦੇ ਕੇ ਮਾਣ ਸਨਮਾਨ ਕੀਤਾ ਗਿਆ। ਬੱਬਰ ਕਰਮ ਸਿੰਘ, ਬੱਬਰ ਕਿਸ਼ਨ ਸਿੰਘ ਮਾਂਗਟ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਅਤੇ ਬੱਬਰ ਉਦੇ ਸਿੰਘ ਰਾਮਗੜ੍ਹ ਚੁੰਗੀਆਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਯਾਦ ਬਣਾਉਣ ਦੇ ਉਪਰਾਲੇ ਵਜੋਂ ਹੋਏ ਸ਼ਹੀਦੀ ਸਮਾਗਮ ਤੋਂ ਪਹਿਲਾਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ। ਬੱਬਰਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਸਜਦਾ ਕਰਨ ਪਹੁੰਚੇ ਹਰ ਮਾਈ ਭਾਈ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣ ਦਾ ਸੁਭਾਗ ਵੀ ਪ੍ਰਾਪਤ ਕੀਤਾ। ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਕੀਰਤਨ ਰਾਹੀਂ ਆਪਣੀ ਹਾਜ਼ਰੀ ਲਗਵਾਈ ਗਈ, ਜਿਸ ਵਿੱਚ ਵਿਦਿਆਰਥੀਆਂ ਦੇ ਕਈ ਜਥਿਆਂ ਨੇ ਭਾਗ ਲਿਆ। ਭਾਈ ਜਸਵੀਰ ਸਿੰਘ ਪੱਠਲ ਦੇ ਪੰਥਕ ਢਾਡੀ ਜਥੇ ਨੇ ਬੱਬਰਾਂ ਦੀਆਂ ਅਥਾਹ ਕੁਰਬਾਨੀਆਂ ਨੂੰ ਜਿਸ ਗਰਮ ਜੋਸ਼ੀ ਨਾਲ ਬੀਰ ਰੱਸੀ ਵਾਰਾਂ ਰਾਹੀਂ ਪੇਸ਼ ਕੀਤਾ, ਲੋਕੀ ਚਿਰਾਂ ਤੱਕ ਯਾਦ ਰੱਖਣਗੇ। ਬੱਚਿਆਂ, ਸੁਖਦੇਵ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਪੇਸ਼ ਕੀਤੀ ਕਵੀਸ਼ਰੀ ਨੂੰ ਸੰਗਤ ਵੱਲੋਂ ਬਹੁਤ ਸਲਾਹਿਆ ਗਿਆ। ਸਰਬੰਸ ਦਾਨੀ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਦਰਸਾਉਂਦੀ ਬੱਚਿਆਂ ਵੱਲੋਂ ਪੇਸ਼ ਕੀਤੀ ਕੋਰੀਓਗ੍ਰਾਫੀ ਸਲਾਹਣਾ ਯੋਗ ਸੀ। ਸਕੂਲ ਦੇ ਹਾਲ ਵਿੱਚ ਵੱਖ ਵੱਖ ਬੱਬਰਾਂ ਦੇ ਜੀਵਨ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਡਮੁੱਲੇ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਸਰਦਾਰ ਸੋਹਨ ਸਿੰਘ ਟੰਡਲ, ਕੈਬਨਿਟ ਮੰਤਰੀ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਉਹਨਾਂ ਨੇ ਮਿਨਾਰੇ ਸ਼ਹੀਦ ਤੇ ਸ਼ਰਧਾ ਸੁਮਨ ਭੇਂਟ ਕੀਤੇ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਗਰ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਤਾਂ ਇਹ ਸਿਰਫ ਬੱਬਰ ਅਕਾਲੀਆਂ, ਸੁਤੰਤਰਤਾ ਸੰਗਰਾਮੀਆਂ ਅਤੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਹੈ। ਪ੍ਰਬੰਧਕਾਂ ਵੱਲੋਂ ਉਹਨਾਂ ਦਾ ਬਣਦਾ ਮਾਨ ਸਨਮਾਨ ਵੀ ਕੀਤਾ ਗਿਆ। ਇਸ ਸਮੁੱਚੇ ਪ੍ਰੋਗਰਾਮ ਦੀ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਰਦਾਰ ਜਸਪਾਲ ਸਿੰਘ ਜਾਡਲੀ ਨੇ ਬਹੁਤ ਹੀ ਬਿਹਤਰੀਨ ਤਰੀਕੇ ਨਾਲ ਨਿਭਾਈ।
स्कूली बच्चों वालों जलियांवाले बाग के साके नूं बहुत ही प्रभावशाली ढंग नाल नाटक के रूप विच मंच तो पेश किया गया। मंच तो अपने संबोधन विच चौधरी नंद लाल मुख संस्थी सकत्र पंजाब ने भी बब्बर अकाली लहर के अहम योगदान संबंधी चानना पाया अते प्रबंधकां वालों मान सम्मान प्राप्त किया। बब्बर परिवारां चो हाजिर उन्हां दे वारसां दानी वीरां सहयोगियां उग्गे समाज सेवियां धार्मिक अते राजनीतिक हस्तियां दा ट्रस्टियां वालों बनदा मान सत्कार किया गया। श्रीमती बब्बर शहीदां दे परिवार दे वारस मास्टर जुजार सिंह जी ने मंच तो विचार पेश करके उचेचे तौर से हाजिरी लगवाई अते मान सत्कार प्राप्त किया। सरदार हरपाल सिंह सरपंच दी सुयोग अगवाई हेठ समूह पंचायत मैंबरां ने समागम दे तीनों दिन ट्रस्ट मैंबरां दा भरपूर सहयोग दिता जिस ते उन्हां दा सम्मान किया गया। इस सालाना समागम दौरान दूरों दूरों तो हजारां दी गिनती विच पहुंचे लोगों ने तीन दिन लगातार हाजिरी भर के बब्बरां नूं श्रद्धा सुमन भेंट किए। सरदार हरिंदरपाल सिंह चंदू माजरा ने अपने विचार प्रगट करदिया कमांडेंट बचन सिंह थांदी वालों बब्बर अकालियां दी यादगार बनाउण लई भरपूर शलाघा कीती। जथेदार गुरबख्श सिंह खालसा मैंबर श्रोमणी गुरुद्वारा प्रबंधक कमेटी अमृतसर ने बब्बर करम सिंह यादगारी ट्रस्ट दौलतपुर दी इस गल लई प्रशंसा कीती कि ए ट्रस्ट हर साल बब्बरां दी याद विच वड्डा शहीदी समागम करवांदा है। कहर दी गर्मी विच बच्चियां वालों कीती ठंडे जल दी सेवा हर किसे नूं सुकून वंडदी रही। चर्चित गीतकार ते गायक देवी मखसूसपुरी वालों बब्बरां दी अथाह कुर्बानियां नूं याद करवांदा देश भगती दे गीतां नाल लबरेज प्रोग्राम पेश कीता गया जिस नूं लोक चिरां तक याद रखणगे। इस समुचे प्रोग्राम नूं नेपरे चाड़न लई दिन रात एक करन वालियां विच प्रबंधकी निर्देशक सरदार गुरजीत सिंह थांदी, प्रबंधकी निर्देशक सरदार कहर सिंह थांदी प्रधान, सरदार तरनजीत सिंह थांदी, सरदार जोगा सिंह कनेडा, सरदार जसवीर सिंह थांदी, सरदार परमजीत सिंह, सरदार जसपाल सिंह जाडली, सरदार हरपाल सिंह सरपंच दौलतपुर, प्रिंसिपल हरजिंदर सिंह पावन, ग्राम पंचायत, गुरुद्वारा प्रबंधक कमेटी अते स्पोर्ट्स क्लब दौलतपुर ने भरपूर योगदान पाया।